and my heart beats. Hello everyone, kya chal raha hai sara da? Welcome back to another video. Mera naam hai Pawan Gujral and mere naal hai meri buddy in our new ਹੁਣ ਆਪਾਂ ਚੱਲੇ ਸੀ ਅੱਜ ਮਾਊਂਟ ਬੁਲਰ ਕਿਉਂਕਿ ਸੁਣਨ 'ਚ ਆਇਆ ਉੱਠਦੀਆਂ ਫਾਵਾਂ ਦੱਸਦੀਆਂ ਕਿ ਸਨੋਅ ਪੈ ਰਹੀ ਹੈ ਔਰ ਜਿੰਨੇ ਵਜੇ ਤੱਕ ਅਸੀਂ ਪਹੁੰਚਾਂਗੇ ਤਦ ਤੱਕ ਵੀ ਸਨੋਅ ਰਹਿਣੀ ਹੈ ਅਤੇ ਪੈਂਦੀ ਰਹਿਣੀ ਹੈ ਠੀਕ ਹੈ ਜੀ ਮੌਸਮ ਮੈਲਬਰਨ 'ਚ ਵੀ ਕਾਫੀ ਵਿੰਡੀ ਰੇਨੀ ਐਂਡ ਠੰਡਾ ਹੋਇਆ ਪਿਆ ਅਤੇ ਤਾਂ ਕਰਕੇ ਇੰਸਟੈਂਟ ਪਲਾਨ ਬਣਿਆ ਐਂਡ ਹੁਣ ਟਾਈਮ ਕੁਛ ਹੋਇਆ 5:15 5:15 ਹੋਏ ਹਾਲੇ ਅਤੇ 3.5-4 hours ਦੀ ਡਰਾਈਵ ਹੈ ਪਲੱਸ 1.5 ਘੰਟਾ ਜਿਹੜਾ ਰੁਕ ਕੇ ਆਪਾਂ ਪਹੁੰਚਾਂਗੇ ਉੱਥੇ ਠੀਕ ਹੈ ਜੀ ਆਲ ਸੈੱਟ ਹੈ ਅਤੇ ਸ਼ੁਕਰ ਹੈ ਫਾਈਨਲੀ ਫਸਟ ਟਾਈਮ ਮਤਲਬ ਆਹ ਵਿੰਟਰਸ ਦੇ ਵਿੱਚ ਸਨੋਅ ਵਾਲੇ ਪਾਸੇ ਚੱਲੇ ਹਾਂ ਜਿਸ ਦਿਨ ਐਕਚੁਅਲੀ ਸਨੋਫਾਲ ਹੋ ਰਹੀ ਹੈ ਅਤੇ ਜੁੜੇ ਰਹੇ ਹੋ ਵਲੋਗ ਨਾਲ ਆਪਾਂ ਤੁਹਾਨੂੰ ਅੱਜ ਜਿੰਨਾ ਕੁ ਦਿਖਾ ਸਕੀਏ ਆਪਣੇ ਵੱਲੋਂ ਬੈਸਟ ਦਿਖਾਵਾਂਗੇ ਸੋ ਮਿਲਦੇ ਹਾਂ ਵਲੋਗ ਦੇ ਵਿੱਚ ਟਾਈਮ ਹੋ ਗਿਆ 8:00 ਐਂਡ ਆਪਾਂ ਪਹੁੰਚ ਗਏ ਮੈਨਸਫੀਲਡ ਇਹ ਮੈਡਮ ਸੁੱਤੀ ਹੋਈ ਆਈ ਹੈ ਸੋ ਡੋਂਟ ਵਰੀ ਅਬਾਊਟ ਦੈਟ 6 degrees ਟੈਂਪਰੇਚਰ ਹੈ ਬਸ ਇਸ ਤੋਂ ਬਾਅਦ ਬੁੱਲਰ ਦੀ ਚੜ੍ਹਾਈ ਹੈ ਸਨੋਅ ਚੇਂਜ ਲੈਣੀ ਹੈ ਇੱਕ ਉਹ ਲੈ ਲਈਏ ਪਲੱਸ IGA ਰੁਕੇ ਸੀਗੇ ਕੁਛ ਮਤਲਬ ਕੁਛ ਹਲਕਾ ਫੁਲਕਾ ਖਾ ਲਈਏ ਸਵੇਰ ਦਾ ਕੁਛ ਖਾਧਾ ਨਹੀਂ ਹੋਇਆ ਰੈਪ ਰੂਪ ਖਾ ਲਈਏ ਅਤੇ ਉਸ ਤੋਂ ਬਾਅਦ ਵੈਦਰ ਆਪਾਂ ਚੈੱਕ ਕਰ ਲਿਆ ਉੱਤੇ ਹੋ ਰਹੀ ਆ ਸਨੋਫਾਲ ਜਲਦੀ ਜਲਦੀ ਪਹੁੰਚਦਾ ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ ਡਰਾਈਵਿੰਗ ਲੱਗ ਰਹੀ ਹੈ ਬਹੁਤ ਸੋਹਣਾ ਮੌਸਮ ਹੋਇਆ ਪਿਆ ਉੱਤੇ ਬੱਦਲ ਹੈ ਛਾਏ ਪਏ ਹੈ ਐਂਡ ਆਪਾਂ ਜਲਪਾਨ ਵੀ ਕਰ ਲਿਆ ਹੋਇਆ ਸਨੋਅ ਚੇਂਜ ਵੀ ਲੈ ਲਈਆਂ ਹੋਈਆਂ ਠੀਕ ਹੈ ਜੀ ਅਤੇ ਬਸ ਹੁਣ ਪਹੁੰਚਣ ਵਾਲੇ ਹਾਂ ਰਾਤੀ ਜੋ ਬਰਸਾਤ ਹੋ ਰਹੀ ਸੀ ਜਿਹਦੇ ਹਿਸਾਬ ਨਾਲ ਇੱਕ ਵਾਰ ਤਾਂ ਮਤਲਬ ਬਲੈਕਆਊਟ ਜਿਹਾ ਹੋ ਗਿਆ ਸੀਗਾ ਬਟ ਨੰਦਲੈਸ ਵਧੀਆ ਰਿਹਾ ਸਾਰਾ ਸਫ਼ਰ ਔਰ ਹੁਣ ਹੌਲੀ ਮਤਲਬ ਬਰਸਾਤ ਬੰਦ ਹੋ ਗਈ ਹੈ ਬਟ ਹੌਲੀ ਹੌਲੀ ਜਿਵੇਂ ਸੀਨਿਕ ਵਿਊ ਜਿਹਾ ਬਣਿਆ ਪਿਆ ਨਾ ਮੈਂ ਕਹਿੰਦਾ ਉਹਨੇ ਅਲਟੀਮੇਟ ਕੰਮ ਕੀਤਾ ਪਿਆ ਐਂਡ ਸੁਪਰ ਐਕਸਾਈਟਡ ਉੱਤੇ ਪਹੁੰਚਣ ਲਈ ਫਾਈਨਲੀ ਪਹੁੰਚ ਆਪਾਂ ਗਏ ਪਾਰਕਿੰਗ ਲੋਟ 'ਚ ਐਂਡ ਜਦੋਂ ਹੀ ਸਨੋਫਾਲ ਸ਼ੁਰੂ ਹੋ ਗਈ ਤੁਸੀਂ ਦੇਖ ਹੀ ਸਕਦੇ ਹੋ ਹਲੇ ਬਰਸਾਤ ਹੋ ਰਹੀ ਸੀ ਨਾਲ ਹੀ ਚੇਂਜ ਹੁੰਦੀ ਜਾ ਰਹੀ ਆ ਹਲੇ ਉੱਤੇ ਜਾਵਾਂਗੇ ਤਾਂ ਮੋਸਟ ਲਾਈਕਲੀ ਤੇਜ਼ ਹੋ ਜਾਏਗੀ ਅਸੀਂ ਵੀ ਆ ਗਏ ਆਪਾਂ ਚੱਲੀਏ ਹੁਣ ਬੱਸ ਵੱਲ ਸੋ ਫਾਈਨਲੀ ਸਾਨੂੰ ਸ਼ਟਲ ਸਰਵਿਸ ਨੇ ਬੁੱਲਰ ਤੱਕ ਪਹੁੰਚਾ ਦਿੱਤਾ ਐਂਡ ਇੱਥੇ ਵੀ ਹੁਣ ਹੌਲੀ ਹੌਲੀ ਸਨੋਫਾਲ ਹੋ ਹੀ ਰਹੀ ਹੈ ਅੰਦਰ ਚੱਲਦੇ ਹਾਂ ਫਰੈਸ਼ ਸਨੋਅ ਪਈ ਹੋਈ ਹੈ ਸਾਰਾ ਕੁਛ ਚਿੱਟਾ ਹੋਇਆ ਪਿਆ ਦੇਖਦੇ ਹਾਂ ਅੰਦਰ ਹੁਣ ਤੁਹਾਨੂੰ ਆਪਾਂ ਆਪਣਾ ਸ਼ਕਲ ਦਿਖਾਈਏ ਨਾ ਦਿਖਾਈਏ ਬਟ ਤੁਹਾਨੂੰ ਇੱਧਰ ਦਾ ਵਿਊ ਪੂਰਾ ਦਿਖਾ ਦਾਂਗੇ ਕਿਉਂਕਿ ਬਾਰ ਬਾਰ ਆ ਗਲਵਜ਼ ਉਤਾਰਨੇ ਬਹੁਤ ਔਖੇ ਹੈ ਠੰਡ ਹੈਗੀ ਹੈ ਜਿਹਨੂੰ ਆਪਾਂ ਮੇਜਰ ਵਿੰਟਰ ਕਾਲ ਕਹਿੰਦੇ ਹਾਂ ਆਹ ਸਕੀਅਰਸ ਤਿਆਰ ਹੋ ਰਹੇ ਹੈ ਮੌਸਮ ਬਹੁਤ ਘੈਂਟ ਮਤਲਬ ਨਾ ਬਹੁਤ ਮਿੰਨੀ ਮਿੰਨੀ ਜਿਹੀ ਉਹ ਸਨੋਫਾਲ ਪੈ ਰਹੀ ਹੈ ਬਟ ਜਿਹੜਾ ਵਿਊ ਹੈ ਨਾ ਇਸ ਟਾਈਮ ਬਹੁਤ ਕਰੇਜ਼ੀ ਹੈ ਸਹੀ ਬਿਲਕੁਲ ਸਹੀ ਟਾਈਮ ਆ ਦੇ ਨਾ ਪਹੁੰਚ ਗਏ ਸਵੇਰੇ
ਸਹੀ ਟਾਈਮ ਤਾਂ ਨਿਕਲ ਗਏ ਸੀਗੇ, ਜ਼ਿਆਦਾ ਰਸ਼ ਵੀ ਨਹੀਂ ਮਿਲਿਆ, ਆਪਾਂ ਨਿਕਲ ਗਏ 5:15 ਜਿਵੇਂ ਦੱਸਿਆ ਸੀਗਾ, ਅਤੇ ਖਾਂਦੇ ਪੀਂਦੇ ਆਪਾਂ ਪਹੁੰਚ ਗਏ 9:30 ਤੱਕ। ਅਤੇ ਹੁਣ ਇਹ ਹੈ ਕਿ ਸਨੋਫਾਲ ਹਲਕੀ ਬਹੁਤੀ ਪੈ ਰਹੀ ਹੈ, ਠੰਡ ਇੰਨੀ ਹੈ ਨਹੀਂ। ਕਹਿੰਦਾ ਨਾ ਕਿ ਬੰਦਾ ਬਹੁਤਾ ਹੀ ਠਰਾਂਦਾ ਰਹਿ ਜਾਂਦਾ, ਉਸ ਕਰਕੇ ਬੰਦਾ ਘੁੰਮ ਨਹੀਂ ਪਾਉਂਦਾ। ਇਹ ਹੈ ਕਿ ਇੱਥੇ ਇੰਨੀ ਠੰਡ ਇਸ ਟਾਈਮ ਪੈ ਨਹੀਂ ਰਹੀ। A few moments ਸਰ ਪਹੁੰਚ ਗਏ ਆਪਾਂ ਟੋਪ 'ਤੇ ਜਿੱਥੇ ਆ ਸਕੀਇੰਗ ਹੋ ਰਹੀ ਹੈ। ਔਰ ਵਿਜ਼ੀਬਿਲਿਟੀ ਦੇਖੋ ਕਿਆ ਬਾਤ ਹੈ, ਕਈ ਬੰਦੇ ਇੱਥੇ ਸਕੀਇੰਗ ਸਿੱਖਦੇ ਪਏ ਹੈ, ਕਈਆਂ ਨੂੰ ਆਉਂਦੀ ਹੈ, ਅਤੇ ਇਹ ਫੁਟੇਜ ਖਾਣ ਲਈ ਅੱਗੇ ਆ ਜਾਂਦੀ ਹੈ। ਅਲਟੀਮੇਟ ਬਹੁਤ ਵਧੀਆ, -2 ਡਿਗਰੀ ਟੈਂਪਰੇਚਰ ਇਸ ਟਾਈਮ, ਪਰ ਵਧੀਆ, ਸ਼ੁਕਰ ਹੈ ਵਿੰਡ ਨਹੀਂ ਚੱਲ ਰਹੀ। ਮੇਨ ਗੱਲ ਹੈ ਕਿ ਵਿੰਡ ਨਹੀਂ ਚੱਲਣੀ ਚਾਹੀਦੀ। ਤੇ ਥੈਂਕ ਸਰ, ਗਿਰੂਗੀ ਕਾਫੀ ਅੱਗੇ ਆ ਗਈ ਨਾ, ਕਿੱਦਾਂ ਦੇਖਣਾ ਸਾਰੇ ਜਾ ਰਹੇ ਆਪਾਂ ਇੱਥੇ ਲਾਈਨ 'ਚ ਲੱਗੇ ਹੋਏ। ਹਾਂ ਹੁਣ ਤਾਂ ਆ ਗਈ ਕਾਫੀ ਅੱਗੇ, ਹੁਣ ਤਾਂ ਮੈਨੂੰ ਲੱਗਦਾ ਸਾਰਾ ਹੀ ਨਾ ਕਿੱਠਾ ਗਿਰ ਜੇ। ਹਾਂ ਜ਼ਿਆਦਾ ਮਜ਼ਾ ਆ ਗਿਆ, ਐਂਡ ਬਹੁਤ ਜ਼ਿਆਦਾ ਡਿਲੀਸ਼ੀਅਸ ਫੂਡ ਸੀਗਾ, ਪ੍ਰੋਪਰ ਇਟਾਲੀਅਨ। ਬਾਈਡੀ ਨੂੰ ਕੁਛ ਨਹੀਂ ਹਾਲੇ ਪਸੰਦ ਆ ਰਿਹਾ, ਇਹਨੂੰ ਸਿਰਫ ਇੰਡੀਅਨ ਖਾਣਾ ਇੱਥੇ ਆ ਕੇ ਵੀ, ਐਂਡ ਦੇਖਦੇ ਦੇਖਦੇ ਫਿਰ ਤੋਂ ਸਨੋਫਾਲ ਤੇਜ਼ ਹੋ ਗਈ ਹੈ। ਸੋ ਹੁਣ ਚੱਲਿਆ ਜਾਵੇ ਤੋਂ ਪਹਿਲਾਂ ਮੌਸਮ ਜ਼ਿਆਦਾ ਖਰਾਬ ਹੋਵੇ। ਸੋ ਫਾਈਨਲੀ ਖਾ ਪੀ ਕੇ ਵਧੀਆ ਲੰਚ, ਅਤੇ ਹੁਣ ਆਪਾਂ ਚੱਲੇ ਸੀਗੇ ਵਾਪਸ। ਲੋਕ ਹੁਣ ਆਉਣਾ ਸ਼ੁਰੂ ਹੋ ਰਹੇ ਆ, ਅਤੇ ਆਪਾਂ ਹੁਣ ਵਾਪਸ ਜਾ ਰਹੇ ਹਾਂ, ਕਿਉਂਕਿ ਆਪਾਂ ਬਹੁਤ ਸਹੀ ਟਾਈਮ 'ਤੇ ਆ ਗਏ ਸੀਗੇ, ਰਸ਼ ਵਧਣਾ ਸ਼ੁਰੂ ਹੋ ਗਿਆ। ਬਾਈਡੀ ਨੂੰ ਪੁੱਛਿਆ ਜਾਵੇ ਕਿਵੇਂ ਦਾ, ਜੰਨਤ ਹੈ। ਜਿਹੜੀ ਉਹ ਹੈਗੀ ਉਹ ਝੂਟਾ ਉਹਨਾਂ ਨੂੰ ਮਿਲਦਾ ਜਿਹੜੇ ਸਕੀਇੰਗ ਕਰਨਾ ਜਾਣਦੇ ਆ, ਬਟ ਚਲੋ ਨੰਦਲੈਸ ਗੁੱਡ ਬਾਏ ਟੂਰਿਸਟ, ਬਿਊਟੀਫੁਲ।